السلام علیکم میں ہاں تھوڑا بھرا مطلوع ہے مات اگرانو میس آج اساں گال مہار کرے سو اپنے کاشتکار دے نال بھراوے دے نال میں ویڈیو دے وچ دسیا سان کہ سارم دے فائدے کیا ہیں جویں کہ اساڈا کاشتکار کنک رہن دے اون دے نال نال سارم دا رہاون دا موسم ہی ہوندے سارم دے کیا فائدے ہیں اور سارم کنک دے وچ سارم دی اہمیت کیا ہے اور سارم دی وجہ کلے اساں دو من فی ایکڑ اپنی پیداوار کیویں ودھا سکدوں کنک دی ਅੱਜ ਅਸੀਂ ਨੇ ਤਿੰਨ ਚਾਰ ਪੁਆਇੰਟ ਦੇ ਉੱਤੇ ਗਾਲ ਮੁਹਾੜ ਕਰੇ ਸੂੰ ਪਹਿਲੇ ਮੈਂ ਦੱਸਾਂਵਾਂ ਕਿ ਟੈਕਨੀਕਲੀ ਇੱਕ ਟਰਮ ਯੂਜ਼ ਕੀਤੀ ਵੀ ਇੰਟਰਕ੍ਰਾਪਿੰਗ ਇੱਕ ਫਸਲ ਵਿੱਚ ਦੂਜੀ ਫਸਲ ਦਾ ਰਾਹ ਦੇਵਣ ਇੰਕ ਆਦੋਂ ਅਸਾਂ ਤੋਂ ਇੰਟਰਕ੍ਰਾਪਿੰਗ ਐਗਰੀਕਲਚਰ ਵਿੱਚ ਇੰਟਰਕ੍ਰਾਪਿੰਗ ਕਿਆ ਹੈ ਇੱਕ ਫਸਲ ਤੋਂ ਅਸਾਂ ਅਗਰ ਰਾਹ ਦਿੱਤੇ ਵੇ ਤਾਂ ਦੂਜੀ ਫਸਲ ਵੀ ਨਾਲ ਹੁੰਦੇ ਇਕੱਠੇ ਰਾਹ ਦਿੱਤੇ ਵੇ ਇੰਕ ਆਦ ਇੰਟਰਕ੍ਰਾਪਿੰਗ ਇੱਕ ਫਸਲ ਤੋਂ ਥੋੜ੍ਹੀ ਜਿਹੀ ਜਲਦੀ ਪੱਕ ਵੀ ਦੂਜੀ ਲੇਟ ਪੱਕਦੀ ਹੈ ਇਹ ਚੀਜ਼ ਕੋ ਇੱਕ ਟਰਮ ਟੈਕਨੀਕਲੀ ਜ਼ਬਾਨ ਇੰਟਰਕ੍ਰਾਪਿੰਗ ਆਦਿਨ ਤੁਸੀਂ ਜਿਵੇਂ ਡੇਠਾ ਹੋ ਸੋ ਕਿ ਸਾਡੀ ਕਣਕ ਥੋੜ੍ਹੀ ਲੇਟ ਪੱਕਦੀ ਹੈ ਔਰ ਸਾਰਮ ਕਿਆ ਜਲਦੀ ਪੱਕ ਵੀ ਇਹਦੇ ਫਾਇਦੇ ਕਿਆ ਹਨ ਜਿਹੜੇ ਫਾਰਮਰ ਰਹੇ ਨੇ ਉਹਨਾਂ ਕੇ ਇੱਕ ਬੇਕਲ ਕਿਸਾਨ ਕਾਸ਼ਕਾਰ ਵੀ ਪੁੱਛਣ ਕਿ ਤੁਸੀਂ ਸਾਰਮ ਆਪਣੇ ਬੰਨੇ 'ਤੇ ਕਿਉਂ ਛੱਡਣੇ ਵੀ ਇਹਦੇ ਫਾਇਦੇ ਕਿਆ ਹਨ ਇਹਦੇ ਨੁਕਸਾਨ ਕਿਆ ਹਨ ਔਰ ਇਹਦੇ ਕਿਆ ਕਿਆ ਬੇ ਮਤਲਬ ਕਾਫੀ ਸਾਰੇ ਬੈਨੀਫਿਟ ਹਨ ਅੱਜ ਅਸੀਂ ਇਹਨਾਂ ਤਿੰਨ ਚਾਰ ਪੁਆਇੰਟ ਦੇ ਉੱਤੇ ਗੱਲ ਕਰੇ ਸੋ ਪਹਿਲੇ ਮੈਂ ਤੁਹਾਨੂੰ ਦੱਸਾਂਵਾਂ ਕਿ ਸਾਰਮ ਦਾ ਇੱਕ ਵਾਰ ਇੱਕ ਸਭ ਕੇ ਲਈ ਬੜਾ ਫਾਇਦਾ ਇਹ ਕਿ ਅਸਾਂ ਇਹਦਾ ਜਿਹੜੇ ਛੋਟੀ ਹੁੰਦੀ ਹੈ ਸਾਗ ਬੜਾ ਤੇ ਖਾਂਦੇ ਹਨ ਔਰ ਵਿਆਹ ਇੱਕ ਫਾਇਦਾ ਹੈ ਕਿ ਸਾਰਮ ਫਲੀਦਾਰ ਪੌਦਾ ਜਿਵੇਂ ਸਾਰੇ ਕਾਸ਼ਕਾਰ ਔਰ ਸਾਰੇ ਜੱਟ ਬਿਹਰਾ ਜਾਣਦੇ ਹਨ ਕਿ ਫਲੀਦਾਰ ਪੌਦਾ ਹਮੇਸ਼ਾ ਜ਼ਮੀਨ ਦੀ ਜ਼ਰਖੇਜ਼ੀ ਕੋ ਵਧੇਂਦੇ ਜ਼ਮੀਨ ਦੀ ਫਰਟੀਲਿਟੀ ਇਨਕਰੀਜ਼ ਕਰ ਰਹੇ ਨੇ ਇਹ ਕੇ ਲਈ ਇੱਕ ਵਿਆਹ ਸਭ ਕੇ ਲਈ ਵੱਡਾ ਫਾਇਦਾ ਜਿਹੜਾ ਸਾਡਾ ਅੱਜ ਕੱਲ੍ਹ ਦਾ ਮੌਜੂ ਵੀ ਇਹ ਪੁਆਇੰਟ ਹੀ ਹੈ ਉਹ ਇਹ ਕਿ ਸਾਰਮ ਦੀ ਵਜ੍ਹਾ ਕਲੇ ਅਸਾਂ ਆਪਣੀ ਦੋ ਮਣ ਫੀ ਏਕੜ ਪੈਦਾਵਾਰ ਕਿਵੇਂ ਵਧਾ ਸਕਦੂ ਔਰ ਅਗਰ ਸਾਰਮ ਨਾ ਹੋਵੇ ਸਾਡੀ ਦੋ ਮਣ ਫੀ ਏਕੜ ਪੈਦਾਵਾਰ ਕਿਵੇਂ ਢਾਂਦੀ ਹੈ ਉਹ ਆ ਸਾਡਾ ਗਾਲ ਮੁਹਾਰ ਦਾ ਮੇਨ ਪੁਆਇੰਟ ਆਫ ਵਿਊ ਹੈ ਕਿ ਅੱਜ ਕੱਲ੍ਹ ਜੇ ਸੀਜ਼ਨ ਚੱਲਦਾ ਪਿਆ ਤੁਸੀਂ ਦੇਖਦੇ ਪਏ ਵੇ ਕਿ ਕਣਕ ਹੀ ਟਾਈਮ ਨੇ ਇਸਰ ਗਏ ਪੂਰੇ ਕਣਕ ਦੇ ਉੱਤੇ ਸਿੱਟੇ ਨਿਕਲਣ ਪੂਰੇ ਕਣਕ ਦੇ ਉੱਤੇ ਸਿੱਟੇ ਨਿਕਲਣ ਤੁਸੀਂ ਦੇਖਦੇ ਪਏ ਵੇ ਕਿ ਹੀ ਇਹ ਉਹ ਸਟੇਜ ਹੈ ਜਿੱਥਾਂ ਸੁਸਤੇਲੀਆ ਅਟੈਕ ਕਰ ਰਹੇ ਨੇ ਜੇ ਕੋ ਅਸਾਂ ਐਫਿਡ ਆਦੇ ਹਾਂ ਅਗਰ ਸੁਸਤੇਲੀਆ ਤੁਹਾਡੀ ਕਣਕ ਦੇ ਉੱਤੇ ਅਟੈਕ ਕਰ ਗਏ ਕਣਕ ਦੇ ਉੱਤੇ ਦੂਜੀਆਂ ਹਾਲਤ ਦਾਣੇ ਬਣ ਗਏ ਉਹ ਕਿਆ ਹੈ ਕਣਕ ਦੇ ਉੱਤੇ ਰਸ ਚੂਸਣ ਸ਼ੁਰੂ ਕਰ ਦਿੰਦੇ ਤੁਹਾਡੇ ਦੂਜੀਆਂ ਹਾਲਤ ਜਿਹੜੇ ਦਾਣੇ ਹੁੰਦੇ ਉਹ ਕਿਹੜੇ ਰਸ ਚੂਸਣ ਸ਼ੁਰੂ ਕਰ ਦਿੰਦੇ ਜਿਹਦੀ ਵਜ੍ਹਾ ਕਲੇ ਸਾਡੀ ਦੋ ਮਣ ਫੀ ਏਕੜ ਪੈਦਾਵਾਰ ਢਹਿ ਸਕਦੀ ਹੈ ਉਹ ਅਸਾਂ ਆਪਣੀ ਦੋ ਮਣ ਫੀ ਏਕੜ ਪੈਦਾਵਾਰ ਕਿਵੇਂ ਬਚਾਉਣੀ ਹੈ ਉਹ ਅਸਾਂ ਇਵੇਂ ਬਚੇ ਸੋ ਅਸਾਂ ਜਿਵੇਂ ਸਾਰਮ ਆਪਣੇ ਬੰਨੇ ਦੇ ਉੱਤੇ ਰਾਹ ਦੇ ਸੂੰ ਇਵੇਂ ਬਾਰਡਰ ਦੇ ਉੱਤੇ ਰਾਹ ਦੇ ਸੂੰ ਖਾ ਲੈਣ ਉੱਤੇ ਚੌਫਿਰ ਜਿਵੇਂ ਤੁਸੀਂ ਦੇਖਦੇ ਪਏ ਵੇ ਇੱਕ ਫੀਲਡ ਪੂਰਾ ਇਹ ਕਿਆ ਹੈ ਇਹਨੇ ਨਾਲ ਖਾ ਲੈਣ ਨਾਲ ਹੀ ਸਾਰਮ ਰਾਜੀ ਖੜੀ ਔਰ ਬਾਰਡਰ ਨਾਲ ਹੀ ਔਰ ਬੰਨੇ ਵਿੱਚਵੇਂ ਬੰਨੇ ਜਿਵੇਂ ਕੱਢੇ ਨੇ ਉਹਨਾਂ ਦੇ ਉੱਤੇ ਵੀ ਸਾਰਮ ਰਾਜੀ ਖੜੀ ਔਰ ਬਾਹਰੋਂ ਬਾਹਰੋਂ ਵੀ ਸਾਰਮ ਰਾਜੀ ਖੜੀ ਹੈ ਇੱਕ ਤਾਂ ਇਹ ਫਾਇਦਾ ਠੀਕ ਹੈ ਕਿ ਸਾਰਮ ਇੱਕ ਫਲੀਦਾਰ ਪੌਦਾ ਹੈ ਸਾਰੀ ਜ਼ਮੀਨ ਦੀ ਜ਼ਮੀਨ ਦੀ ਜ਼ਰਖੇਜ਼ੀ ਕੋ ਫਰਟੀਲਿਟੀ ਕੋ ਇਨਕਰੀਜ਼ ਕਰਿੰਦਾ ਔਰ ਇਹਦੇ ਇਲਾਵਾ ਇੱਕ ਵਿਆਹ ਜਿਹੜਾ ਫਾਇਦਾ ਇਹ ਹੈ ਅਸਾਂ ਗਾਲ ਮੁਹਾੜ ਕਰਨਾ ਕਿ ਥੋਕ ਮੈਂ ਪਹਿਲੇ ਦੱਸ ਆ ਗਿਆ ਸਭ ਤੇਲੇ ਦਾ ਅਟੈਕ ਹੁਣ ਕਿਆ ਹੈ ਟਾਈਮਲੀ ਅਟੈਕ ਕਿਉਂਕਿ ਸਭ ਚਲਾ ਜਿਵੇਂ ਫਰਵਰੀ ਦੇ ਆਖਰ 'ਚ ਔਰ ਮਾਰਚ ਦੇ ਪਹਿਲੇ ਹਫ਼ਤੇ 'ਚ ਅਟੈਕ ਕਰਦੇ ਜੂੰ ਹੀ ਅਗਰ ਸਾਡੀ ਕਣਕ ਦੇ ਅੰਦਰ ਬੰਨੇ ਦੇ ਉੱਤੇ ਜਾਂ ਬਾਹਰੋਂ ਬਾਹਰੋਂ ਖਾ ਲੈਂਦੇ ਉੱਤੇ ਸਾਰਮ ਮੌਜੂਦ ਹੋ ਸੀ ਸਭ ਚਲਿਆ ਪਹਿਲੇ ਪਹਿਲੇ ਹੁੰਦੇ ਉੱਤੇ ਅਟੈਕ ਕਰਦੇ ਸਾਰਮ ਦੇ ਉੱਤੇ ਫੀਡ ਕਰਨਾ ਸ਼ੁਰੂ ਕਰ ਦਿੰਦੇ ਸਾਰਮ ਕਿਹੜੇ ਰਸ ਚੂਸਣਾ ਸ਼ੁਰੂ ਕਰ ਦਿੰਦੇ ਜੂੰ ਹੀ ਸਾਰਮ ਥੋੜ੍ਹੀ ਵੱਡੀ ਥੀ ਸਾਡੀ ਕਣਕ ਹੀ ਉਹ ਕਲੇ ਜ਼ਿਆਦਾ ਪਹਿਲੇ ਥੋੜ੍ਹੀ ਵੱਡੀ ਥੀ ਜਾਂਦੀ ਹੈ ਉਹ ਕਿਆ ਹੈ ਜੂੰ ਹੀ ਕਣਕ 'ਤੇ ਅਟੈਕ ਕਰਿਆ ਸਾਡਾ ਦਾਣਾ ਹੁਣ ਟਾਈਮ ਸਖ਼ਤ ਹੀ ਚੁੱਕਾ ਹੁੰਦਾ ਅਗਰ ਜੂੰ ਹੀ ਅਟੈਕ ਕਰ ਹੀ ਗਏ ਉਹ ਸਾਡੇ ਕਣਕ ਦੇ ਉੱਤੇ ਨੁਕਸਾਨ ਨਹੀਂ ਦੇਣਾ ਲਾਮਾਲਾ ਅਗਰ ਕੋਈ ਕਾਸ਼ਕਾਰ ਨੇ ਅਗਰ ਕੋਈ ਫਾਰਮਰ ਨੇ ਕੋਈ ਜੱਟ ਬਿਰਾ ਨੇ ਸਾਰਮ 'ਤੇ ਬੰਨੀਅਤ ਨਹੀਂ ਛੱਟੀ ਉਹਦੀ ਕਣਕ ਦੇ ਉੱਤੇ ਸਭ ਤੇਲੇ ਦਾ ਅਟੈਕ ਸੁਸ ਤੇਲੇ ਦਾ ਅਟੈਕ ਠੀਕ ਹੈ ਤੁਸੀਂ ਦੇ ਦਿਓ ਸੋ ਕਿ ਸੁਸ ਤੇਲੇ ਹਮੇਸ਼ਾ ਛਾਂ ਦੇ ਉੱਤੇ ਅਟੈਕ ਕਰਦੇ ਜਿੱਥਾਂ ਛਾਂ ਜ਼ਿਆਦਾ ਹੋ ਸੀ ਵਣ ਹੋ ਸੀ ਉਹਦੇ ਤਲੇ ਜਿੱਥਾਂ ਸਾਡੀ ਕਾਣ ਕਰਾਦੀ ਪਈ ਉਹਦੇ ਤਲੇ ਪੈਚ ਦੇ ਅੰਦਰ ਛੋਟੇ ਜਿਹੇ ਚੋਣੇ ਤੋਂ ਜ਼ਿਆਦਾ ਅਟੈਕ ਕਰਦੇ ਅਗਰ ਇਹ ਕੋਈ ਬਾਰ ਵਕਤ ਕੰਟਰੋਲ ਨਾ ਕੀਤਾ ਵਜੇ ਐਫੋਰਡ ਕੀਤਾ ਇੱਕ ਸਭ ਤੇਲੇ ਛੋਟੇ ਜਿਹੇ ਚੋਣ ਤੇ ਉੱਤੇ ਸੁਸ ਤੇਲੇ ਅਟੈਕ ਥਿਆ ਪਏ ਮਤਲਬ ਲੱਗਾ ਪਿਆ ਅਗਰ ਅਸੀਂ ਬਾਰ ਵਕਤ ਕੰਟਰੋਲ ਨਾ ਕਰੋ ਸੋ ਪੂਰੇ ਫੀਲਡ 'ਚ ਫੈਲ ਸਕਦੇ ਹੁਣ ਇਹਦਾ ਕੰਟਰੋਲ ਕਿਆ ਹੈ ਕਿ ਮੈਂ ਆਪਣੇ ਭਰਾਵੇਂ ਕੋ ਇਹੋ ਮਸ਼ਵਰਾ ਦੇ ਸਾਂ ਕਿ ਆਪਣੇ ਬੰਨੇ ਦੇ ਉੱਤੇ ਅਗਲੇ ਆਉਣ ਵਾਲੇ ਸਾਲਾਂ 'ਚ ਹੁਣ ਜਿਵੇਂ ਕਣਕੀ ਸਾਡੀਆਂ ਮਤਲਬ ਪੱਕਣ ਵਾਲੀਆਂ ਨੀਅਰ ਟੂ ਮੈਚੋਰਿਟੀ ਮਤਲਬ ਹੈਡਿੰਗ ਸਾਰੇ ਸਿੱਟੇ ਨਿਕਲ ਆਉਣ ਔਰ ਇਹ ਕਿਆ ਹੈ ਇਹਦੇ ਵਿੱਚ ਹੁਣ ਸਾਰਮ ਤਾਂ ਨਹੀਂ ਛੱਟੀ ਸਕਦੀ ਫਾਰਮਰ ਕੋ ਚਾਹੀਦਾ ਕਿ ਅਗਲੇ ਸਾਲ ਜਿਹੜੇ ਫਾਰਮਰ ਸਾਡੇ ਕਣਕ ਰਹੇ ਸੀ ਉਹਨਾਂ ਕੋ ਚਾਹੀਦਾ ਕਿ ਉਹ ਆਪਣੇ ਬੰਨੀ ਦੇ ਨਾਲ ਕਣਕ ਦੇ ਇਕੱਠੇ ਸਾਰਮੀ ਛੱਟੀ ਵਜਣ ਔਰ ਇਹਦਾ ਇੱਕ ਵਿਆਹ ਬੈਨੀਫਿਟ ਕਿਆ ਹੈ ਕਿ ਸਾਰਮ ਦਾ ਰੇਟ ਤੁਹਾਨੂੰ ਪਤਾ ਹੈ 3200 ਕੇ ਗੇਂਦ 3800 ਰੁਪਏ ਤੱਕ ਵਿਆਹ ਖੜੇ ਔਰ ਅਗਰ ਇੱਕ ਏਕੜ ਕਰੇ ਸਕੋ 5-6 ਮਣ ਜਾਂ 2 ਮਣ ਹੀ ਲਾਮ ਵਾਲਾ ਫਰਜ਼ ਕੀਤਾ ਸਾਡੀ ਸਾਰਮ ਦੀ ਪੈਦਾਵਾਰ ਆ ਵੀ ਉਹ ਕਿਆ ਹੈ ਫਾਰਮਰ ਦੀ ਇੱਕ ਇਜ਼ਾਫੀ ਇਨਕਮ ਥੀ ਵੇਂਦੇ ਫਾਰਮਰ ਦੀ ਇਜ਼ਾਫੀ ਹੁੰਦੇ ਅਗਰ ਪੈਸੇ ਆਪਣੇ ਫਾਰਮਰ ਦਾ ਫਾਰਮਰ ਕੋਈ ਖੁਸ਼ਹਾਲ ਥੀ ਵੇਂਦੇ ਕਣਕ ਦੇ ਨਾਲ ਨਾਲ ਉਹ ਆਪਣੀ ਸਾਰਮ ਵੀ ਵੇਚ ਸਕਦੇ
ਮੈਂ ਆਪਣੇ ਜੱਟ ਵੀਰਾਂ ਨੂੰ ਕੋਈ ਸਾਡੇ ਇਹਦੇ ਪੈਵੇ ਜਿਵੇਂ ਫਾਰਮ ਆ ਰਹੇ ਇਹ ਲਾਰਜ ਸਕੇਲ ਤੇ ਕਣਕ ਰਾਈ ਖੜੇ ਔਰ ਬੰਨੀ ਦੇ ਨਾਲ ਨਾਲ ਸਾਰਮੀ ਛੱਟੀ ਖੜੇ ਬਹੁ ਵੱਡਾ ਪ੍ਰੋਗਰੈਸਿਵ ਫਾਰਮਰ ਹੋ ਤੁਸੀਂ ਦੀ ਕਣਕ ਹੀ ਦੇ ਪਾਵੇ ਬਿਲਕੁਲ ਇਕੁਅਲਿਟੀ ਤੇ ਖੜੀ ਹੈ ਬਿਹਤਰੀਨ ਲਸ਼ ਗ੍ਰੀਨ ਖੜੀ ਹੈ ਅਤੇ ਔਰ ਸਾਰਮੀ ਹਰੇ ਭਰੇ ਫੁੱਲ ਹਟ ਜਾਤੇ ਨਜ਼ਰ ਦੇ ਪੈਣ ਇਹਦਾ ਕਿਆ ਬੈਨੀਫਿਟ ਹੈ ਕਿ ਇਹ ਫਾਰਮਰ ਕਣਕ ਹੀ ਚਾਹ ਗਿਣ ਸੀ ਔਰ ਇਜ਼ਾਫੀ ਇਨਕਮ ਸਾਰਮ ਦੀ ਉਹ ਕਲੇ ਆਵੇ ਸੀ ਉਹ ਕਿਵੇਂ ਉਹ ਸੀ ਕਣਕ ਪੱਕਣ ਗਏ ਥੋੜ੍ਹਾ ਜਿਹਾ ਪਹਿਲੇ ਸਾਰਮੀ ਪੱਕ ਵੈਂਦੀ ਹੈ ਫਾਰਮਰ ਸਾਰਮ ਨੂੰ ਕੱਟ ਕੇ ਵਾਲਾ ਬਾਅਦ ਵਿੱਚ ਕਿਆ ਹੈ ਹਫ਼ਤੇ ਦੋ ਦੇ ਬਾਅਦ ਕਿਆ ਗੰਦਮ ਦੀ ਕਟਾਈ ਸਟਾਰਟ ਕਰੇਂਗੇ ਹੁਣ ਇਹਦੇ ਨਾਲ ਸਗੋਂ ਕਿਆ ਫਾਇਦਾ ਤਾਂ ਸਾਰਮ ਇੱਕ ਸਾਲ ਤਾਂ ਸਾਰੀ ਇਜ਼ਾਫੀ ਇਨਕਮ ਥੀ ਗਈ ਹੈ ਔਰ ਇਹਦੇ ਨਾਲ ਸਾਰੀ ਜ਼ਮੀਨ ਦੀ ਸਰਖੇਜ਼ੀ ਵੱਧ ਵੈਂਦੀ ਹੈ ਤੀਜਾ ਫਾਇਦਾ ਜਿਹੜਾ ਮੇਨ ਹੈ ਕਿ ਸੁਸਤ ਤੇਲੀਆਂ ਕੋ ਐਫਟ ਨੂੰ ਰੁਕੇਂਦੀ ਹੈ ਅਗਰ ਐਫਟ ਸਾਡੀ ਕਣਕ ਦੇ ਉੱਤੇ ਅਟੈਕ ਨਹੀਂ ਸੀ ਤਾਂ ਸਾਡੀ ਲੂ ਮਣ ਫੀ ਐਕੜਾ ਸਾ ਆਪਣੀ ਬਚਾ ਸਕਦੂ ਠੀਕ ਹੈ ਮੈਂ ਆਪਣੇ ਹੀ ਵੀਡੀਓ ਦੇ ਨਾਲ ਇਖਤਾਮ ਕਰੇ ਸਾਂ ਮੈਂ ਉਮੀਦ ਕਰਾਂਗਾ ਕਿ ਇਹ ਵੀਡੀਓ ਤੁਹਾਨੂੰ ਬੜੀ ਪਸੰਦ ਹੋ ਸੀ ਔਰ ਸਾਡੀ ਅਗਲੀ ਵੀਡੀਓ ਅਸਾਂ ਬਹੁ ਜਲਦੀ ਸ਼ੇਅਰ ਕਰ ਰਹੇ ਸੂ ਲੂ ਸਮਾਟ ਅੱਜ ਕੱਲ੍ਹ ਜਿਵੇਂ ਸਿੱਟੇ ਕਾਲੇ ਨਿਕਲਦੇ ਪੈਣ ਕਿਉਂ ਨਿਕਲਦੇ ਪੈਣ ਇਹਨਾਂ ਦੀ ਕਿਆ ਵਜ੍ਹਾ ਹੈ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰ ਰਹੇ ਸੋ ਲਾਈਕ ਕਰੋ ਸੋ ਵੀਡੀਓ ਨੂੰ ਸ਼ੇਅਰ ਕਰੇ ਸੋ ਮਿਲਦੇ ਹੈ ਅਗਲੀ ਵੀਡੀਓ ਦੇ ਨਾਲ।